ਦੀਪਕ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਸ ਇੰਨੀ ਕੁ ਬੇਨਤੀ ਹੈ ਸੰਗਤ ਨੂੰ, ਗੁਰੂ ਗੋਬਿੰਦ ਸਿੰਘ ਸੰਘਾਂ ਨੂੰ, ਪਿਛਲੀ ਵਾਰ ਜੀ ਮੈਂ ਜਦੋਂ ਜੇਲ੍ਹ ਗਿਆ ਮੇਰੇ ਘੋੜੀਆਂ ਨੂੰ ਜ਼ਹਿਰ ਪਾਤੀ ਸੀ, ਇਸ ਵਾਰ ਰੱਬ ਦਾ ਵਾਸਤਾ ਮੈਂ ਤਾਂ ਨਿਹੰਗ ਸਿੰਘਾਂ ਨੂੰ ਬੇਨਤੀ ਕਰ ਸਕਦਾ, ਹੋਰ ਤੇ ਮੈਨੂੰ ਭਰੋਸਾ ਨਹੀਂ। ਸਾਡੇ ਜਿੰਨਾ ਚਿਰ ਮੈਂ ਜੇਲ੍ਹ ਤੋਂ ਆਉਣਾ ਨਹੀਂ, ਸਾਡੇ ਪਹਿਰਾ ਲਾ ਦਿਓ ਕੁਛ ਦਿਨ। ਤੇ ਆਹ ਨੰਬਰ ਹੈ ਜੀ ਸਾਡਾ ਆਸ਼ਰਮ ਦਾ 82-830, ਲਿਖ ਲਓ 82-830-79-442। 9 ਇਹ ਨਹੀਂ ਤੇ 8283074422। ਘੋੜੀਆਂ ਜੀ ਬਸ ਪਹਿਲਾਂ ਮਾਰਤੀ, ਹੁਣ ਤਾਂ ਹੋਗੇ ਪਹਿਰਾ ਲਾ ਦੇ ਇੱਕ ਜੀ ਮੇਰੀ ਕਿਸੇ ਤੋਂ। ਸਾਨੂੰ ਬਸ ਇੰਨੀ ਕੁ ਬੇਨਤੀ ਹੈ ਜੀ, ਮੇਰੇ ਅਨਾਥ ਆਸ਼ਰਮ ਚ ਮਰੀਜ਼ਾਂ ਦਾ ਤੇ ਘੋੜਿਆਂ ਦਾ ਧਿਆਨ ਰੱਖੋ ਜੀ, ਕੋਈ ਭੁੱਖਾ ਨਹੀਂ ਮਰਨਾ ਚਾਹੀਦਾ। ਦੀਪਕ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਸ ਇੰਨੀ ਕੁ ਬੇਨਤੀ ਹੈ ਸੰਗਤ ਨੂੰ, ਗੁਰੂ ਗੋਬਿੰਦ ਸਿੰਘਾਂ ਨੂੰ, ਪਿਛਲੀ ਵਾਰ ਜੀ ਮੈਂ ਜਦੋਂ ਜੇਲ੍ਹ ਗਿਆ ਮੇਰੇ ਘੋੜੀਆਂ ਨੂੰ ਜ਼ਹਿਰ ਪਾਤੀ ਸੀ, ਇਸ ਵਾਰ ਰੱਬ ਦਾ ਵਾਸਤਾ ਮੈਂ ਤਾਂ ਨਿਹੰਗ ਸਿੰਘਾਂ ਨੂੰ ਬੇਨਤੀ ਕਰ ਸਕਦਾ, ਹੋਰ ਤੇ ਮੈਨੂੰ ਭਰੋਸਾ ਨਹੀਂ। ਸਾਡੇ ਜਿੰਨਾ ਚਿਰ ਮੈਂ ਜੇਲ੍ਹ ਤੋਂ ਆਉਣਾ ਨਹੀਂ, ਸਾਡੇ ਪਹਿਰਾ ਲਾ ਦਿਓ ਕੁਛ ਦਿਨ। ਤੇ ਆਹ ਨੰਬਰ ਹੈ ਜੀ ਸਾਡਾ ਆਸ਼ਰਮ ਦਾ 82-830, ਲਿਖ ਲਓ 82-830-79-442। 9 ਇਹ ਨਹੀਂ ਤੇ 8283074422। ਘੋੜੀਆਂ ਜੀ ਬਸ ਪਹਿਲਾਂ ਮਾਰਤੀ, ਹੁਣ ਤਾਂ ਹੋ ਗਈ ਪਹਿਰਾ ਲਾ ਦਿਓ ਇੱਕ ਜੀ ਮੇਰੀ ਕਿਸੇ ਤੋਂ। ਸਾਨੂੰ ਬਸ ਇੰਨੀ ਕੁ ਬੇਨਤੀ ਹੈ ਜੀ, ਮੇਰੇ ਅਨਾਥ ਆਸ਼ਰਮ ਚ ਮਰੀਜ਼ਾਂ ਦਾ ਤੇ ਘੋੜਿਆਂ ਦਾ ਧਿਆਨ ਰੱਖੋ ਜੀ, ਕੋਈ ਭੁੱਖਾ ਨਹੀਂ ਮਰਨਾ ਚਾਹੀਦਾ। ਦੀਪਕ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਸ ਇੰਨੀ ਕੁ ਬੇਨਤੀ ਹੈ ਸੰਗਤ ਨੂੰ, ਗੁਰੂ ਗੋਬਿੰਦ ਸਿੰਘਾਂ ਨੂੰ, ਪਿਛਲੀ ਵਾਰ ਜੀ ਮੈਂ ਜਦੋਂ ਜੇਲ੍ਹ ਗਿਆ ਮੇਰੇ ਘੋੜੀਆਂ ਨੂੰ ਜ਼ਹਿਰ ਪਾਤੀ ਸੀ, ਇਸ ਵਾਰ ਰੱਬ ਦਾ ਵਾਸਤਾ ਮੈਂ ਤਾਂ ਨਿਹੰਗ ਸਿੰਘਾਂ ਨੂੰ ਬੇਨਤੀ ਕਰ ਸਕਦਾ, ਹੋਰ ਤੇ ਮੈਨੂੰ ਭਰੋਸਾ ਨਹੀਂ। ਸਾਡੇ ਜਿੰਨਾ ਚਿਰ ਮੈਂ ਜੇਲ੍ਹ ਤੋਂ ਆਉਣਾ ਨਹੀਂ, ਸਾਡੇ ਪਹਿਰਾ ਲਾ ਦਿਓ ਕੁਛ ਦਿਨ। ਤੇ ਆਹ ਨੰਬਰ ਹੈ ਜੀ ਸਾਡਾ ਆਸ਼ਰਮ ਦਾ 82-830, ਲਿਖ ਲਓ 82-830-79-442। 9 ਇਹ ਨਹੀਂ ਤੇ 8283074422। ਘੋੜੀਆਂ ਜੀ ਬਸ ਪਹਿਲਾਂ ਮਾਰਤੀ, ਹੁਣ ਤਾਂ ਹੋ ਗਈ ਪਹਿਰਾ ਲਾ ਦਿਓ ਇੱਕ ਜੀ ਮੇਰੀ ਕਿਸੇ ਤੋਂ। ਸਾਨੂੰ ਬਸ ਇੰਨੀ ਕੁ ਬੇਨਤੀ ਹੈ ਜੀ, ਮੇਰੇ ਅਨਾਥ ਆਸ਼ਰਮ ਚ ਮਰੀਜ਼ਾਂ ਦਾ ਤੇ ਘੋੜਿਆਂ ਦਾ ਧਿਆਨ ਰੱਖੋ ਜੀ, ਕੋਈ ਭੁੱਖਾ ਨਹੀਂ ਮਰਨਾ ਚਾਹੀਦਾ। ਦੀਪਕ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਸ ਇੰਨੀ ਕੁ ਬੇਨਤੀ ਹੈ ਸੰਗਤ ਨੂੰ, ਗੁਰੂ ਗੋਬਿੰਦ ਸਿੰਘਾਂ ਨੂੰ, ਪਿਛਲੀ ਵਾਰ ਜੀ ਮੈਂ ਜਦੋਂ ਜੇਲ੍ਹ ਗਿਆ ਮੇਰੇ ਘੋੜੀਆਂ ਨੂੰ ਜ਼ਹਿਰ ਪਾਤੀ ਸੀ, ਇਸ ਵਾਰ ਰੱਬ ਦਾ ਵਾਸਤਾ ਮੈਂ ਤਾਂ ਨਿਹੰਗ ਸਿੰਘਾਂ ਨੂੰ ਬੇਨਤੀ ਕਰ ਸਕਦਾ, ਹੋਰ ਤੇ ਮੈਨੂੰ ਭਰੋਸਾ ਨਹੀਂ। ਸਾਡੇ ਜਿੰਨਾ ਚਿਰ ਮੈਂ ਜੇਲ੍ਹ ਤੋਂ ਆਉਣਾ ਨਹੀਂ, ਸਾਡੇ ਪਹਿਰਾ ਲਾ ਦਿਓ ਕੁਛ ਦਿਨ। ਤੇ ਆਹ ਨੰਬਰ ਹੈ ਜੀ ਸਾਡਾ ਆਸ਼ਰਮ ਦਾ 82-830, ਲਿਖ ਲਓ 82-830-79-442। 9 ਇਹ ਨਹੀਂ ਤੇ 8283074422। ਘੋੜੀਆਂ ਜੀ ਬਸ ਪਹਿਲਾਂ ਮਾਰਤੀ, ਹੁਣ ਤਾਂ ਹੋ ਗਈ ਪਹਿਰਾ ਲਾ ਦਿਓ ਇੱਕ ਜੀ ਮੇਰੀ ਕਿਸੇ ਤੋਂ। ਸਾਨੂੰ ਬਸ ਇੰਨੀ ਕੁ ਬੇਨਤੀ ਹੈ ਜੀ, ਮੇਰੇ ਅਨਾਥ ਆਸ਼ਰਮ ਚ ਮਰੀਜ਼ਾਂ ਦਾ ਤੇ ਘੋੜਿਆਂ ਦਾ ਧਿਆਨ ਰੱਖੋ ਜੀ, ਕੋਈ ਭੁੱਖਾ ਨਹੀਂ ਮਰਨਾ ਚਾਹੀਦਾ। ਦੀਪਕ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਸ ਇੰਨੀ ਕੁ ਬੇਨਤੀ ਹੈ ਸੰਗਤ ਨੂੰ, ਗੁਰੂ ਗੋਬਿੰਦ ਸਿੰਘਾਂ ਨੂੰ, ਪਿਛਲੀ ਵਾਰ ਜੀ ਮੈਂ ਜਦੋਂ ਜੇਲ੍ਹ ਗਿਆ ਮੇਰੇ ਘੋੜੀਆਂ ਨੂੰ ਜ਼ਹਿਰ ਪਾਤੀ ਸੀ, ਇਸ ਵਾਰ ਰੱਬ ਦਾ ਵਾਸਤਾ ਮੈਂ ਤਾਂ ਨਿਹੰਗ ਸਿੰਘਾਂ ਨੂੰ ਬੇਨਤੀ ਕਰ ਸਕਦਾ, ਹੋਰ ਤੇ ਮੈਨੂੰ ਭਰੋਸਾ ਨਹੀਂ। ਸਾਡੇ ਜਿੰਨਾ ਚਿਰ ਮੈਂ ਜੇਲ੍ਹ ਤੋਂ ਆਉਣਾ ਨਹੀਂ, ਸਾਡੇ ਪਹਿਰਾ ਲਾ ਦਿਓ ਕੁਛ ਦਿਨ। ਤੇ ਆਹ ਨੰਬਰ ਹੈ ਜੀ ਸਾਡਾ ਆਸ਼ਰਮ ਦਾ 82-830, ਲਿਖ ਲਓ 82-830-79-442। 9 ਇਹ ਨਹੀਂ ਤੇ 8283074422। ਘੋੜੀਆਂ ਜੀ ਬਸ ਪਹਿਲਾਂ ਮਾਰਤੀ, ਹੁਣ ਤਾਂ ਹੋ ਗਈ ਪਹਿਰਾ ਲਾ ਦਿਓ ਇੱਕ ਜੀ ਮੇਰੀ ਕਿਸੇ ਤੋਂ। ਸਾਨੂੰ ਬਸ ਇੰਨੀ ਕੁ ਬੇਨਤੀ ਹੈ ਜੀ, ਮੇਰੇ ਅਨਾਥ ਆਸ਼ਰਮ ਚ ਮਰੀਜ਼ਾਂ ਦਾ ਤੇ ਘੋੜਿਆਂ ਦਾ ਧਿਆਨ ਰੱਖੋ ਜੀ, ਕੋਈ ਭੁੱਖਾ ਨਹੀਂ ਮਰਨਾ ਚਾਹੀਦਾ।